ਸਾਡਾ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਅੱਜ ਤੱਕ ਮੁਲਕ ਨੂੰ ਆਜ਼ਾਦ ਹੋਏ ਇੰਨੇ ਸਾਲ ਹੋ ਗਏ ਨੇ, ਪਰ ਇੱਥੇ ਸੜਕਾਂ ਗਲੀਆਂ ਅਤੇ ਪਾਣੀ ਦੀ ਸਮੱਸਿਆ ਹੀ ਅੱਜ ਤੱਕ ਹੱਲ ਨਹੀਂ ਹੋਈ। ਕਹਿੰਦੇ ਨੇ ਕਿ ਮੇਕ ਇਨ ਇੰਡੀਆ, ਪਰ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਵਿਖੇ ਬਰਸਾਤ ਪੈਣ ਤੋਂ ਬਾਅਦ ਗਹੂਣ ਰੋਡ 'ਤੇ ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਬਣੀ। ਇਸ ਵਕਤ ਉਹ ਤਲਾਬ ਦੇ ਰੂਪ ਦਾ ਧਾਰਨ ਕਰ ਚੁੱਕੀ ਆ, ਥੋੜ੍ਹਾ ਜਿਹਾ ਮੀਂਹ ਪੈਣ ਦੇ ਨਾਲ ਹੀ। ਇਸ ਮੌਕੇ ਆਨੰਦ ਕਿਸ਼ੋਰ ਭਾਜਪਾ ਮੰਡਲ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਅਕਸਰ ਹੀ ਇੱਥੇ ਪਾਣੀ ਖੜ੍ਹਾ ਰਹਿੰਦਾ ਹੈ, ਇੱਥੋਂ ਲੰਘਣ ਲਈ ਲੱਗਦਾ ਹੁਣ ਕਿਸ਼ਤੀ ਹੀ ਲੈਣੀ ਪਵੇਗੀ, ਕਿਸ਼ਤੀ ਦੀ ਵਰਤੋਂ ਕਰਨੀ ਪਵੇਗੀ। ਉਹਨਾਂ ਕਿਹਾ ਜਿਹੜਾ ਇੱਥੇ ਸੀਵਰੇਜ ਪਾਇਆ ਹੋਇਆ ਆ ਉਹਦੀ ਹੁਣ ਸਫਾਈ ਦੀ ਲੋੜ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿ ਕੋਈ ਬੰਦਾ ਇਸ ਪਾਣੀ ਦੇ ਵਿੱਚੋਂ ਪੈਦਲ ਵੀ ਤੁਰਨਾ ਜਿਹੜਾ ਉਹਦੇ ਲਈ ਔਖਾ ਹੋਇਆ ਆ। ਇਹ ਸਾਡੇ ਦੇਸ਼ ਦੀ ਸਥਿਤੀ ਆ। ਕਹਿੰਦੇ ਨੇ ਅਸੀਂ ਤਰੱਕੀ ਕਰ ਲਈ ਆ, ਵਿਦੇਸ਼ਾਂ ਵਿੱਚ ਸਾਡੇ ਮੁਲਕ ਦਾ ਨਾਮ ਆ, ਪਰ ਅੱਜ ਤੱਕ ਪਿੰਡਾਂ ਵਿੱਚ ਚਲ ਜਾਓ, ਸ਼ਹਿਰਾਂ ਵਿੱਚ ਚਲ ਜਾਓ, ਕਿਤੇ ਚਲ ਜਾਓ, ਅਜੇ ਮੀਂਹ ਤਾਂ ਕਹਿੰਦੇ ਥੋੜ੍ਹਾ ਜਿਹਾ ਪੈਂਦਾ ਪਰ ਛੱਪੜਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਜਾਂ ਸਾਡੇ ਤਾਂ ਮੁਲਕ ਵਿੱਚ ਅਜੇ ਪਾਣੀ ਦਾ ਜਿਹੜਾ ਸਮੱਸਿਆ ਉਹੀ ਨਹੀਂ ਹੱਲ ਹੋ ਰਹੀ ਹੈਗੀ। ਪਿੰਡਾਂ ਦੇ ਵਿੱਚ ਚਲ ਜਾਓ, ਉੱਥੇ ਛੱਪੜ ਬੈਕ ਪਾਣੀ ਮਾਰ ਰਹੇ ਨੇ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਔਰ ਨਵਾਂਸ਼ਹਿਰ ਦੁਆਬਾ ਯੂਟਿਊਬ ਚੈਨਲ ਤੁਹਾਡੀ ਹਰ ਸਮੱਸਿਆ ਨੂੰ ਆਪਣੇ ਚੈਨਲ 'ਤੇ ਲਗਾਵੇਗਾ। ਤੁਸੀਂ ਸਾਨੂੰ ਫੋਨ ਕਰੋ। ਔਰ ਦੇਖ ਪਾ ਰਹੇ ਹੋ ਇਸ ਵਕਤ ਨਦੀ ਦਾ ਰੂਪ ਧਾਰਨ ਕਰ ਚੁੱਕਾ ਆ ਜਿਹੜਾ ਇਹ ਪਿੰਡ ਜਿਹੜਾ ਆ, ਤੁਹਾਨੂੰ ਦੱਸਿਆ ਗਹੂਣ ਰੋਡ 'ਤੇ ਜਿਹੜਾ ਆ ਇਹ ਉੱਥੇ ਦੇ ਇਹ ਹਾਲਾਤ ਨੇ। ਔਰ ਸਾਡਾ ਦੇਸ਼ ਮਹਾਨ, ਪਿੰਡਾਂ 'ਚ ਚਲ ਜਾਓ, ਹਰ ਸਾਲ ਪੰਚਾਇਤਾਂ 25 ਸਾਲੀ ਬਣਦੀਆਂ, ਗਲੀਆਂ ਅਤੇ ਨਾਲੀਆਂ ਦੇ ਉੱਪਰ ਲੱਗੀਆਂ ਰਹਿੰਦੀਆਂ ਜਾਂ ਛੱਪੜਾਂ 'ਤੇ ਲੱਗੀਆਂ ਰਹਿੰਦੀਆਂ। ਸਾਡੇ ਹਿੰਦੁਸਤਾਨ ਭਾਰਤ ਦਾ ਇਹ ਹਾਲ ਆ ਕਿ ਤਰੱਕੀ ਕਹਿੰਦੇ ਬਹੁਤ ਕਰ ਲਈ ਆ, ਪਰ ਮੀਂਹ ਪੈ ਜਾਵੇ ਤਾਂ ਹੜ੍ਹਾਂ ਦਾ ਰੂਪ ਧਾਰਨ ਹੋ ਜਾਂਦਾ ਆ। ਕਿਤੇ ਕਿਤੇ ਨਹਿਰਾਂ ਟੁੱਟ ਜਾਂਦੀਆਂ ਆ, ਕਿਤੇ ਦਰਿਆ ਟੁੱਟ ਜਾਂਦੇ ਆ, ਕਿਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਹੈ। ਇਹ ਤੁਹਾਨੂੰ ਨਵਾਂਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਇਹ ਜਿਹੜੀ ਇੱਕ ਤੁਹਾਨੂੰ 4 ਘੰਟੇ ਦਾ ਦੱਸਿਆ ਜਾਂਦਾ ਕਿ ਸਿਰਫ ਮੀਂਹ ਪਿਆ 4 ਘੰਟੇ ਦੇ ਵਿੱਚ। ਤੁਸੀਂ ਇਹ ਹਾਲਾਤ ਜਿਹੜੇ ਆ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਦੇਖ ਰਹੇ ਹੋ, ਗਹੂਣ ਰੋਡ ਦੇ ਉੱਪਰ ਮੰਡੀ ਨੂੰ ਜਾਣ ਵਾਲੀ ਇਹ ਸੜਕ ਦੇ ਜਿਹੜੇ ਆ ਇਹ ਹਾਲਾਤ ਇੰਨੇ ਜਿਹੜੇ ਆ ਤਰਸਯੋਗ ਹੋਏ ਪਏ ਨੇ। ਹਾਂਜੀ, ਤੁਹਾਡਾ ਜਿਹੜਾ ਸਾਨੂੰ ਪਤਾ ਲੱਗਿਆ ਸੀਗਾ ਕਿ ਮੰਡੀ ਦੇ ਵਿੱਚ ਹੀ ਦੁਕਾਨ ਹੈ ਕਿ ਘਰ ਹੈ ਇੱਥੇ ਤੁਹਾਡਾ? ਇੱਥੇ ਮੇਰਾ ਆਪਣਾ ਸ਼ੋਰੂਮ ਹੈ ਜੀ। ਅੱਛਾ ਜੀ, ਤੇ ਇਹ ਜਿਹੜਾ ਪਾਣੀ ਜਿਹੜਾ ਹਰ ਵਾਰੀ ਖੜਾ ਹੁੰਦਾ ਹੈ ਜਾਂ ਇਹ ਐਤਕੀ ਹੋਇਆ ਖੜਾ ਬਰਸਾਤ ਨਾਲ? ਦੇਖੋ ਸਰ, ਗੱਲ ਹੈਗੀ ਏਦਾਂ ਕਿ ਇਹ ਜਿਹੜੀ ਬਰਸਾਤ ਹੈ ਇਹ ਅਸੀਂ ਕਈ ਸਾਲਾਂ ਤੋਂ ਦੇਖ ਰਹੇ ਹਾਂ ਕਿ ਇਹ ਪਾਣੀ ਜਿਹੜਾ ਆ ਏਦਾਂ ਹੀ ਖੜਾ ਹੁੰਦਾ ਹੈ, ਤੇ ਇਹਦੇ ਬਾਰੇ ਕਿਸੇ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ। ਮੰਡੀਕਰਨ ਬੋਰਡ ਜਿਹੜਾ ਕਿ ਲੱਖਾਂ ਰੁਪਇਆ ਸਾਤੋਂ ਟੈਕਸ ਦੇ ਰੂਪ ਵਿੱਚ ਲੈ ਰਿਹਾ ਆ, ਤੇ ਅਸੀਂ ਲੱਖਾਂ ਰੁਪਏ ਲਾ ਕੇ ਉਰੇ ਸ਼ੋਰੂਮਸ ਹੈ, ਬਹੁਤ ਜਿਹੜੇ ਰੈਜੀਡੈਂਸ ਵੀ ਉਰੇ ਹੈਗੇ ਆ, ਜਿਹੜੇ ਲੋਕ ਆਪਣੀ ਫੈਮਿਲੀਸ ਨਾਲ ਰਹਿ ਰਹੇ ਆ। ਹਜੇ ਤੇ ਕਿ ਮੀਂਹ ਜਿਹੜਾ ਥੋੜੇ 2-4 ਘੰਟੇ ਪਿਆ, ਜੇ ਜ਼ਿਆਦਾ ਮੀਂਹ ਪੈਂਦਾ ਆ ਤਾਂ ਜਿੱਥੇ ਮੈਂ ਖੜਾ ਆ ਇੱਥੇ ਵੀ ਪੂਰਾ ਪਾਣੀ ਭਰ ਜਾਂਦਾ ਹੈ, ਤੇ ਜਿਹੜਾ ਇਹਨਾਂ ਦਾ ਸੀਵਰੇਜ ਸਿਸਟਮ ਹੈ ਜਿਹੜਾ ਵੀ
ਪਾਣੀ ਨਿਕਾਸੀ ਦਾ ਸਿਸਟਮ ਉਹ ਇੰਨਾ ਕੁ ਚੋਕ ਹੋ ਚੁੱਕਾ ਹੈ, ਕਿਉਂਕਿ ਮੰਡੀ ਕਰ ਜਦ ਮੰਡੀ ਦਾ ਸੀਜ਼ਨ ਹੁੰਦਾ ਹੈ ਉਹ ਤੋਂ ਬਾਅਦ ਜਿਹੜਾ ਵੀ ਉਹ ਘਾਹ ਫੂਸ ਬਚ ਜਾਂਦਾ ਉਹਦੀ ਕੋਈ ਸਫਾਈ ਨਹੀਂ ਹੁੰਦੀ। ਔਰ ਇਹ ਬਜਟ ਜਿਹੜਾ ਆ ਇਹ ਲੱਖਾਂ ਰੁਪਏ ਦਾ ਬਜਟ ਮੰਡੀਕਰਨ ਬੋਰਡ ਨੂੰ ਸਫਾਈ ਲਈ ਦਿੱਤਾ ਜਾਂਦਾ ਆ, ਅਤੇ ਕੋਈ ਇਹਦੇ ਉੱਪਰ ਕਿਸੇ ਦੀ ਕੋਈ ਅਫਸਰ ਜਿਹੜੇ ਉਹ ਏ ਸੀ ਲਾ ਕੇ ਆਪਣੇ ਆਪਣੇ ਆਫਿਸ 'ਚ ਬੈਠੇ ਆ, ਕਿਸੇ ਨੂੰ ਕਿਸੇ ਦੇ ਸਿਰ 'ਤੇ ਜੂ ਨਹੀਂ ਰੀਂਗਦੀ। ਅਸੀਂ ਕਈ ਵਾਰ ਇਸ ਚੀਜ਼ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਵੀ ਆਓ ਮਿਲ ਕੇ ਇਹਦਾ ਹੱਲ ਕਰੀਏ। ਫਿਰ ਇਹ ਜਿਹੜੀ ਸੜਕ ਬਣਾਈ ਆ ਇਹਨਾਂ ਨੇ ਥੋੜੇ ਟਾਈਮ ਪਹਿਲਾਂ ਹੀ ਬਣਾਈ ਆ, ਔਰ ਇਹਨੂੰ ਇੰਨੀ ਕੁ ਨੀਵੀਂ ਕਰ ਦਿੱਤਾ ਕਿ ਮੁੜ ਕੇ ਇਹ ਨੀਵੀਂ ਹੋਣ ਦੇ ਬਾਵਜੂਦ ਜਿਹੜਾ ਪਾਣੀ ਉਹ ਫਿਰ ਇੱਥੇ ਹੀ ਖੜਿਆ ਜੀ। ਅਤੇ ਇਹ ਨਾ ਇਹ ਪ੍ਰਸ਼ਾਸਨ ਦੀ ਕੋਈ ਮਿਲੀ ਭੁਗਤ ਆ, ਜਿਹੜੇ ਵੀ ਪੋਲੀਟੀਕਲ ਬੰਦੇ ਆ ਰਾਜਨੀਤੀ ਤੌਰ 'ਤੇ ਉਹ ਕਹਿੰਦੇ ਸੀ ਸਰਕਾਰ ਜਿਹੜੀ ਮੌਜੂਦਾ ਹੈ ਕਿ ਅਸੀਂ ਇੱਕ ਬਦਲਾਵ ਲਿਆਵਾਂਗੇ, ਆਹ ਉਹਨਾਂ ਨੇ ਬਦਲਾਵ ਲਿਆਤਾ। ਇਹ ਪਾਣੀ ਹੋ ਸਕਦਾ ਕਿ ਇੱਥੋਂ ਲੋਕਾਂ ਨੂੰ ਕ੍ਰੋਸ ਕਰਨ ਲਈ ਬੋਟ ਦਾ ਕੋਈ ਇੰਤਜ਼ਾਮ ਕਰਨਾ ਪਵੇ, ਕਿਸ਼ਤੀ ਆਵੇਗੀ, ਕਿਉਂਕਿ ਬਲਾਚੌਰ ਦੇ ਵਿੱਚ ਦੇਖੋ ਜੇ ਟ੍ਰੈਫਿਕ ਦਾ ਆਪਾਂ ਸਿਸਟਮ ਪੱਦੀ ਰੋਡ ਇੰਨਾ ਕੁ ਪ੍ਰੈਸ਼ਰਾਈਜ਼ ਹੋ ਜਾਂਦਾ ਕਿ ਇੱਥੋਂ ਲੋਕ ਕੁਛ ਇੱਧਰੋਂ ਲੰਘ ਜਾਂਦੇ ਸੀ ਅਤੇ ਕੁਛ ਉੱਧਰੋਂ ਚਲੇ ਜਾਂਦੇ ਸੀ। ਇਸ ਵੇਲੇ ਇੱਥੋਂ ਲੰਘਣਾ ਬੜਾ ਮੁਸ਼ਕਲ ਹੈ, ਅਤੇ ਇੱਕ ਆਮ ਲੋਕਾਂ ਦੀ ਆਵਾਜ਼ ਹੈ ਕਿ ਇਹ ਜਿਹੜਾ ਪਾਣੀ ਦਾ ਸਿਸਟਮ ਹੈ ਇਹਨੂੰ ਵਧੀਆ ਤਰੀਕੇ ਨਾਲ ਸਫਾਈ ਕਰਕੇ ਆਉਣ ਵਾਲੇ ਦਿਨਾਂ 'ਚ ਫਿਰ ਹੋਰ ਵੀ ਬਰਸਾਤ ਹੋਣੀ ਆ, ਅਤੇ ਇਹਨੂੰ ਆਪਾਂ ਵਧੀਆ ਸਿਸਟਮ ਨੂੰ ਸ਼ਹਿਰ ਦੀ ਬਿਹਤਰੀ ਲਈ ਅਤੇ ਸਾਫ਼ ਸੁਥਰਾ ਸ਼ਹਿਰ ਬਣਾਈਏ। ਜਿਹੜਾ ਪਿਛਲੇ ਸਾਲ ਆਪਾਂ ਜਿੱਦਾਂ ਹਾਲਾਤ ਦੇਖੇ ਸੀ ਕਿ SCI ਗੋਦਾਮ ਜਿਹੜਾ ਹੈਗਾ ਅਤੇ ਉਹਦੀ ਕੰਧ ਟੁੱਟ ਗਈ ਸੀ, ਉਹ ਵੀ ਹਲੇ ਤੱਕ ਬਣੀ ਨਹੀਂ ਹੈਗੀ ਆ, ਉਹ ਵੀ ਸਾਨੂੰ ਦਿਖ ਰਹੀ ਆ ਇੱਥੋਂ ਦੂਰੋਂ ਦਿਖ ਰਹੀ ਆ। ਦੇਖੋ ਉਹ ਅੰਡਰ ਕੰਸਟਰਕਸ਼ਨ ਹੈ, ਮੈਂ ਦੇਖਿਆ ਉੱਥੇ ਉਹਨਾਂ ਨੇ ਪਿੱਲਰਸ ਵਗੈਰਾ ਪਾਏ ਆ, ਬਟ ਉਹਨਾਂ ਨੇ ਵੀ ਇੰਨਾ ਕੁ ਟਾਈਮ ਲੈ ਲਿਆ, ਇੱਕ ਸਾਲ ਉਹਨਾਂ ਨੂੰ ਇਹਨੂੰ ਰੀਕੰਸਟਰਕਸ਼ਨ ਕਰਨ 'ਚ ਲੱਗ ਗਿਆ, ਜਿਹੜੀ ਕਿ ਸਟਿਲ ਟੂਡੇ ਇਟਸ ਅਨਕੰਪਲੀਟ ਆ, ਉਹ ਬਿਲਕੁਲ ਕੰਪਲੀਟ ਨਹੀਂ ਹੋਈ। ਅਤੇ ਉਹ ਵੀ ਸਰਕਾਰ ਜਾਂ ਜਿਹੜੇ ਬੰਦੇ ਨੂੰ ਵੀ ਠੇਕਾ ਦਿੱਤਾ ਹੋਊਗਾ ਉਹ ਸਰਕਾਰ ਨਾਲ ਕਿੱਦਾਂ ਲੈਣ ਦੇਣ ਕਰਦੇ ਆ ਸਾਡੀ ਸਮਝ ਤੋਂ ਬਾਹਰ ਆ। ਜ਼ਿੰਮੇਵਾਰੀ ਤਾਂ ਹੀ ਲੈਣੀ ਚਾਹੀਦੀ ਪੋਲੀਟੀਕਲੀ ਜਾਂ ਕੋਈ ਸਮਾਜ ਦੀ, ਜੇ ਤੁਸੀਂ ਜ਼ਿੰਮੇਵਾਰੀ ਨਿਭਾ ਸਕਦੇ ਹੋ, ਨਹੀਂ ਤਾਂ ਆਪਣੇ ਆਪਣੇ ਘਰਾਂ 'ਚ ਬੈਠ ਕੇ ਲੋਕ ਵੀ ਆਨੰਦ ਮਾਣੇ ਤਾਂ ਉਹਨਾਂ ਨੂੰ ਵੀ ਬੈਠਣਾ ਚਾਹੀਦਾ। ਤੁਸੀਂ ਤੁਸੀਂ ਹੁਣ ਮੇਰੇ ਸਾਹਮਣੇ ਦੇਖੋ ਇੱਕ ਬੰਦਾ ਆ ਜਿਹੜਾ ਕਿ ਆਪਣੇ ਤੁਰ ਕੇ ਆ ਰਿਹਾ ਆ, ਅਤੇ ਉਹ ਉੱਥੇ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਕੀੜਾ ਮਕੌੜਾ ਵੀ ਆ ਸਕਦਾ ਜਿਹੜਾ ਕਿ ਸਾਡੇ ਲਈ ਹੋਰ ਵੀ ਡੇਂਜਰਸ ਹੋ ਸਕਦਾ, ਅਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਸਰਕਾਰ ਨੂੰ ਮੈਂ ਮੰਗ ਕਰਦਾ ਹਾਂ ਕਿ ਇਹਨੂੰ ਛੇਤੀ ਤੋਂ ਛੇਤੀ ਜੋ ਵੀ ਇਹਦਾ ਸੀਵਰੇਜ ਬਲੌਕ ਹੋਇਆ ਆ, ਬਾਰਡਰ ਸਿਸਟਮ ਬਲੌਕ ਹੋਇਆ, ਉਹਨੂੰ ਕਲੀਅਰ ਕਰਕੇ ਜਿਹੜੇ ਵੀ ਠੇਕੇਦਾਰ ਆ ਉਹਨਾਂ ਤੋਂ ਠੇਕਾ ਲੈ ਕੇ ਕਿਸੇ ਵਧੀਆ ਬੰਦੇ ਨੂੰ ਜਿਹੜਾ ਵੀ ਇਹ 'ਚ ਕੰਮ ਕਰਨ ਦਾ ਇੰਟਰਸਟਡ ਹੋਵੇ ਉਹਨੂੰ ਦਿੱਤਾ ਜਾਵੇ। ਧੰਨਵਾਦ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਂਥ ਆਯੁਰਵੈਦ ਦਵਾਖਾਨਾ, ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ, ਅਧਰੰਗ, ਕਾਲਾ ਪੀਲੀਆ, ਮੋਟਾਪਾ, ਸ਼ੂਗਰ, ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ। ਫੋਨ ਕਰੋ 9863-79-499। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9863-79-499।